14 फरवरी 2019 ਨੂੰ ਹੋਏ ਪੁਲਵਾਮਾ ਅੱਤਵਾਦੀ ਹਮਲੇ ਦੇ ਵਿੱਚ ਜਾਨ ਗਵਾਉਣ ਵਾਲੇ 40 CRPF ਜਵਾਨਾਂ ਦੇ ਵਿੱਚ ਦੀਨਾਨਗਰ ਦੇ ਮਨਿੰਦਰ ਸਿੰਘ ਵੀ ਸ਼ਾਮਲ ਸਨ। ਮਨਿੰਦਰ ਦੀ ਦੂਜੀ ਬਰਸੀ ਮੌਕੇ ਪਰਿਵਾਰ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਵਾਨਾਂ ਦੀ ਯਾਦ ਦੇ ਵਿੱਚ ਕੈਂਡਲ ਮਾਰਚ ਕੱਢੇ ਜਾਣ ਅਤੇ ਕਿਸਾਨ ਅੰਦੋਲਨ ਬਾਰੇ ਆਪਣੇ ਵਿਚਾਰ ਰੱਖੇ ਨੇ। ਸਹੀ ਨਾਰਾ ਜੈ ਜਵਾਨ ਜੈ ਕਿਸਾਨ। ਜਵਾਨ ਸਰਹੱਦਾਂ 'ਤੇ ਹੋਣਗੇ ਤਾਂ ਹੀ ਇਹਨਾਂ ਦੀ ਕੁਰਸੀਆਂ ਜਿਹੜੀਆਂ ਸਹੀ ਸਲਾਮਤ ਰਹਿਣਗੀਆਂ। ਅਤੇ ਕਿਸਾਨ ਅਨਾਜ ਉਗਾਏਗਾ ਤਾਂ ਆਪਾਂ ਖਾਵਾਂਗੇ। ਸਰਕਾਰਾਂ ਨੂੰ ਇਹ ਸਮਝਣਾ ਚਾਹੀਦਾ ਕਿ ਜੋ ਦੋ ਪਹਿਲੂ ਹੈ ਜਿਹੜੇ, ਉਹ ਦੋਵਾਂ ਨੂੰ ਬੈਲੈਂਸ ਬਣਾ ਕੇ ਰੱਖਣਾ ਚਾਹੀਦਾ। ਜਵਾਨਾਂ ਦੀ ਵੀ ਮੁਸ਼ਕਲਾਂ ਸੁਣਨੀਆਂ ਚਾਹੀਦੀਆਂ ਅਤੇ ਕਿਸਾਨਾਂ ਦੀ ਵੀ ਮੁਸ਼ਕਲਾਂ ਸੁਣੀਆਂ ਚਾਹੀਦੀ, ਤਾਂ ਹੀ ਇਹਨਾਂ ਦੀ ਜਿਹੜੀਆਂ ਨਾ ਉਹ ਕੁਰਸੀਆਂ ਸਲਾਮਤ ਰਹਿ ਸਕਦੀਆਂ। ਲੋਕਾਂ ਨੂੰ ਸਰਕਾਰ 'ਤੇ ਵਿਸ਼ਵਾਸ ਨਹੀਂ, ਲੋਕ ਅੱਜ ਕੱਲ੍ਹ ਕਰਨਗੇ ਨੂੰ ਤਾਂ ਇਹੀ ਕਹਾਂਗੇ, ਅੰਨਦਾਤਾ ਹੈ ਜਿਹਨੇ ਸਾਡਾ ਢਿੱਡ ਭਰਨਾ ਆ, ਉਹਨਾਂ ਦੀ ਤਾਂ ਮੁਸ਼ਕਲਾਂ ਸੁਣੋ। ਉਹ ਕੁਛ ਕਰਨਗੇ ਤਾਂ ਸਾਨੂੰ ਰੋਟੀ ਮਿਲੇਗੀ ਖਾਣ ਨੂੰ, ਅਤੇ ਉਹਨਾਂ ਨੂੰ ਸੁਣੇਗੀ ਨਹੀਂ, ਉਹਨਾਂ ਦੀ ਪ੍ਰੋਬਲਮ ਵੀ ਸੋਲਵ ਕਰੋਗੇ, ਤੁਹਾਨੂੰ ਇਹੋ ਸਰਕਾਰ ਦਾ ਕੀ ਫਾਇਦਾ ਹੈ। ਜੋ ਸਰਕਾਰਾਂ ਨੂੰ ਕਰਨਾ ਚਾਹੀਦਾ ਉਹ ਕੰਮ ਸਾਡੇ ਕਿਸਾਨ ਵੀਰ ਕਰਨੇ। ਸਾਡੀ ਸਰਕਾਰ ਅੱਗੇ ਡਿਮਾਂਡ ਹੈ ਕਿ ਕਿਸਾਨ ਵੀਰਾਂ ਦੀ ਜੋ ਬੁਨਿਆਦੀ ਜ਼ਰੂਰਤਾਂ ਨੇ, ਜੋ ਉਹਨਾਂ ਦੀ ਡਿਮਾਂਡ ਆ, ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਮੰਗਾਂ ਨੂੰ ਮੰਨਣਾ ਚਾਹੀਦਾ। ਕਿਸਾਨ ਜਿਹੜਾ ਆਪਣੀ ਮਿਹਨਤ ਕਰਕੇ ਆਪਣੇ ਫਸਲ ਖੇਤਾਂ ਵਿੱਚ ਉਗਾਉਂਦਾ, ਦਿਨ ਰਾਤ ਆਪਣੀ ਖੂਨ ਪਸੀਨੇ ਨਾਲ ਉਹਨੂੰ ਸਿੰਚਦਾ, ਸਾਡੇ ਲਈ ਤਾਂ ਕਹਿਣਾ ਬਹੁਤ ਸੌਖਾ ਹੈ ਕਿ ਪਰ ਕਿਤੇ ਨਾ ਕਿਤੇ ਇਹ ਜਿਹੜਾ ਬਿੱਲ ਹੈ ਸਾਡੇ ਆਮ ਲੋਕਾਂ 'ਤੇ ਵੀ ਅਸਰ ਪਾਏਗਾ, ਸਾਡੀ ਜੇਬ 'ਤੇ ਅਸਰ ਪਏਗਾ ਇਹਦਾ। ਔਰ ਜੋ ਜਿੱਥੋਂ ਤੱਕ ਮੈਂ ਪੜ੍ਹੇ ਇਹ ਬਿੱਲ ਇਹ ਸਾਡੇ ਫੇਵਰ ਦੇ ਵਿੱਚ ਨਹੀਂ ਹੈਗੇ, ਕਿਸਾਨ ਭਰਾਵਾਂ ਦੇ ਫੇਵਰ ਵਿੱਚ ਨਹੀਂ ਹੈਗੇ। ਉਧਰ ਮਨਿੰਦਰ ਦੇ ਪਿਤਾ ਨੇ ਕਿਸਾਨ ਅਤੇ ਜਵਾਨ ਦੀ ਜ਼ਿੰਦਗੀ ਦੇ ਸੰਘਰਸ਼ ਦੀ ਗੱਲ ਕੀਤੀ ਹੈ। ਸਾਡੀ ਜ਼ਿੰਦਗੀ ਜਿਹੜੀ ਹੈ ਬੜੀ ਕਸ਼ਟ ਹੈ, ਜਿੱਦਾਂ ਫੌਜੀ ਕਸ਼ਟ ਹੈਗੇ ਕਿ ਜਾ ਕੇ ਜੀਰੋ ਮਾਈਂਡ ਸੇਵ ਜਾ ਕੇ ਡਿਊਟੀਆਂ ਦੇਖ ਲੈਣਾ, ਜਾਂ ਦੇਸ਼ ਦੀ ਰੱਖਿਆ ਕਰ ਲੈਣਾ, ਉਹ ਮੌਕੇ 'ਤੇ ਦੇਖ ਰਹੇ ਹੋ। ਔਰ ਮੇਰਾ ਬੱਚਾ ਵੀ ਇੱਦਾਂ ਹੀ ਗਿਆ ਸ਼੍ਰੀਨਗਰ ਦੇ ਵਿੱਚ, ਜਿਹਦੇ ਕਿ ਉਸ ਤੋਂ ਬਾਅਦ 370 ਕੁੱਟੀ ਹੈ, ਅਤੇ ਉਸ ਚੱਕਰ ਦੇ ਵਿੱਚ ਦੇਸ਼ ਸੇਵਾ ਵਾਸਤੇ ਇਹ ਖਤਮ ਹੋਇਆ। ਲੇਕਿਨ ਜਦ ਤੱਕ ਕਿਸਾਨ ਖੇਤੀ 'ਚ ਕੰਮ ਨਹੀਂ ਕਰੇਗਾ ਔਰ ਉਹਨੂੰ ਪੂਰੇ ਵਿਜ਼ਨ ਨਹੀਂ ਮਿਲੇਗੇ, ਜਾਂ ਤਾਂ ਉਹਦਾ ਜਿਹੜਾ ਅਸੀਂ ਮੈਂ ਸਿਖਾਉਂਦਾ ਕਿ ਸੰਘਰਸ਼ ਜਿਹੜਾ ਠੀਕ ਹੈ, ਮੈਂ ਕਿਸੇ ਪੋਲੀਟੀਕਲ ਅਕਾਊਂਟ ਗੱਲ ਨਹੀਂ ਕਰ ਰਿਹਾ, ਐਜ਼ ਉਹਦੀ ਮਿਹਨਤ ਹਿਸਾਬ ਨਾਲ, ਦਿਨ ਨਹੀਂ ਦੇਖਦਾ ਰਾਤ ਨਹੀਂ ਦੇਖਦਾ, ਜਿੱਦਾਂ ਫੌਜੀ ਆਪਣੀ ਡਿਊਟੀ 'ਤੇ 24 ਘੰਟੇ ਖੜ੍ਹਾ ਹੈਗਾ ਦੇਸ਼ ਦੀ ਰੱਖਿਆ ਵਾਸਤੇ, ਇਹ ਅਨਾਜ ਪੈਦਾ ਕਰਨ ਵਾਸਤੇ, ਦੇਸ਼ ਨੂੰ ਅਨਾਜ ਦੇਣ ਵਾਸਤੇ, ਪੇੜ ਭਰਨ ਵਾਸਤੇ ਇਹ ਮਿਹਨਤ ਕਰ ਰਿਹਾ, ਇਹਦਾ ਜਿਹੜਾ ਸੰਘਰਸ਼ ਹੈ ਅਤੇ ਮੈਂ ਠੀਕ ਹੀ ਸਮਝਦਾ।